कोई पानी नहीं हुंदा जी इत्थे, कोई कुछ नहीं हैगा। बहुत लोग आके पुछदे ने वी पानी है इत्थे पीण नूं। ਇਹ ਕਹੋਗੇ ਕਿ ਇੱਥੇ ਪਾਣੀ ਦੀ ਕੋਈ ਸੁਵਿਧਾ ਅੱਛੀ ਨਹੀਂ ਹੈਗੀ? ਪਾਣੀ ਟੁੱਟੀ ਹੈ ਹੀ ਨਹੀਂ ਇੱਥੇ, ਤੱਤਾ ਪਾਣੀ ਨਹੀਂ ਹੈਗਾ ਜੀ ਪੀਣ ਨੂੰ ਕਦੇ, ਕਿਤੇ ਨਹੀਂ ਆ। ਦੇਖ ਲਓ ਜੀ, ਕਿਤੇ ਦਿਖਾ ਦਿਓ, ਟੁੱਟੀ ਹੈਗੀ ਹੈ ਜੇ ਕਿਤੇ। ਕੋਈ ਜਿਵੇਂ ਹੁਣ ਗਰੀਬ ਜਨਤਾ ਆਉਂਦੀ ਹੈ ਦੁਖੀ, ਕਈਆਂ ਕੋਲ ਤਾਂ ਕਿਰਾਇਆ ਵੀ ਨਹੀਂ ਹੁੰਦਾ, ਉਹ ਅਗਲਾ ਪਾਣੀ ਦੀ ਬੋਤਲ 20 ਰੁਪਈਆਂ ਦੀ ਕਿੱਥੋਂ ਖਰੀਦ ਲਊਗਾ ਜੀ? ਇਹ ਮੈਂ ਚਲੋ ਸੋਚਿਆ, ਮੈਂ ਕਿਹਾ ਵੀ ਚਲੋ ਲੈ ਆਉਂਦਾ ਜੀ, ਵਾਟਰ ਕੂਲਰ ਲਿਆ ਕੇ ਰੱਖੇ ਆ। ਫਿਰ ਚਲੋ ਬਹੁਤ ਆਉਣ ਲੱਗ ਗਏ ਲੋਕ, ਫਿਰ ਮੈਂ ਹੌਲੀ ਹੌਲੀ ਆ ਵਧਾ ਲਿਆ ਜੀ ਕੰਮ। ਇੱਥੇ ਦੇਖਿਆ ਕਾਫੀ ਟਾਈਮ ਤੋਂ, ਮਤਲਬ ਲਗਭਗ 3 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਧਰਨਾ ਲਾਇਆ ਹੋਇਆ ਵਾ। ਤੁਹਾਡੀ ਸਮੱਸਿਆ ਦਾ ਕੀ ਹੱਲ? ਨਹੀਂ, ਮੇਰੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ ਜੀ, ਕਰਦੇ ਨਹੀਂ ਹੈਗੇ ਆਪ ਸਰਕਾਰ ਬਾਈ ਜੀ ਕੋਈ ਵੀ। ਇਹਨਾਂ ਨੂੰ ਵੀ ਕਿਹਾ ਸੀ ਨਵੇਂ ਮੈਡਮ ਨੂੰ, ਡੀ ਸੀ ਨੂੰ ਜੀ, ਇਹ ਕਹਿੰਦੇ ਵੀ ਚੱਲ ਪਹਿਲਾਂ ਧਰਨਾ ਚੱਕ ਦੇ, ਉਦੋਂ ਬਾਅਦ ਫਿਰ ਮੈਂ ਸਿੱਟ ਬਣਾ ਦਿੰਦੇ ਹਾਂ ਜੀ, ਵੀ ਫਿਰ ਇਨਕੁਆਇਰੀ ਕਰਾਊਂ। ਮੈਂ ਕਿਹਾ ਜੀ ਵੀ ਪਹਿਲਾਂ ਆਪ ਕਰਾ ਦਿਓ ਜੀ, ਵੀ ਮੈਂ ਧਰਨਾ ਨਹੀਂ ਪਰ ਚੱਕਣਾ ਹੈਗਾ ਜੀ। ਚਲੋ ਕਹਿੰਦੀ ਫਿਰ ਬੈਠਾ ਰਹੇ, ਮੈਂ ਕਿਹਾ ਜੀ ਚਲੋ ਮੈਂ ਬੈਠਾ ਜੀ, ਚਲੋ ਮੈਂ ਕਿਹਾ ਜੀ ਚਲੋ ਬੈਠਾ ਤਾਂ ਹੈਗਾ, ਨਾਲ ਸੇਵਾ ਕਰ ਲੈਂਦਾ ਜੀ। ਬਹੁਤ ਅੱਛਾ ਲੱਗ ਰਿਹਾ ਜੀ ਉਰੇ, ਨਹੀਂ ਤਾਂ 20 ਰੁਪਏ ਦੀ ਬੋਤਲ ਖਰੀਦਣੀ ਪੈਂਦੀ ਹੈ ਜੀ, ਪਾਣੀ ਉਹੀ ਹੁੰਦਾ ਜੀ। ਪਰ ਇੱਥੇ ਐਡੀ ਦੂਰ ਗਰਮੀ ਚੱਲ ਕੇ ਆਉਂਦੇ ਹਾਂ, ਬਹੁਤ ਦੂਰੋਂ ਆਪਣੀ ਆਪਣੀ ਸਮੱਸਿਆ ਲੈ ਕੇ ਆਉਂਦੇ ਹਾਂ, ਅਤੇ ਉਰੇ ਤਾਂ ਬਸ ਬਾਈ ਜੀ ਹੈਗੇ ਆ, ਇਹਨਾਂ ਕੋਲ ਆ ਕੇ ਪੀ ਲਿਆ, ਨਹੀਂ ਤਾਂ ਸਵੇਰ ਦੇ 2-3 ਬੋਤਲਾਂ ਲੈ ਚੁੱਕਿਆ ਜੀ। ਹੁਣ ਗਰੀਬ ਬੰਦਾ 100-200 ਦਾ ਪਾਣੀ ਕਿੱਥੋਂ ਪੀਊਗਾ ਜੀ? ਮੈਂ ਤਾਂ ਜੀ ਆਹ ਦਰੱਖਤਾਂ ਦਾ ਵੀ ਲਿਖ ਕੇ ਦਿੱਤਾ ਸੀ ਮੈਡਮ ਨੂੰ, ਇਹਨਾਂ ਨੂੰ ਕੰਪਲੇਂਟ ਕਰੀ ਵੀ ਇਹਨਾਂ 'ਤੇ ਕੀੜੇ ਪਏ ਹੋਏ ਨੇ ਜੀ ਦਰੱਖਤਾਂ ਦੇ, ਬਈ ਇੱਥੇ ਲੋਕ ਛਾਵੇਂ ਵੀ ਆ ਕੇ ਖੜ੍ਹਦੇ ਆ, ਉਹਨਾਂ ਦੇ ਉੱਤੇ ਗਿਰ ਜਾਂਦੇ ਆ, ਜਿਹਦੇ ਨਾਲ ਉਹਨਾਂ ਨੂੰ ਐਲਰਜੀ ਵੀ ਹੋ ਸਕਦੀ ਆ। ਨਮਸਤੇ, ਸਤਿ ਸ਼੍ਰੀ ਅਕਾਲ, ਮੈਂ ਨਿਧੀ ਵਰਮਾ ਅਤੇ ਤੁਸੀਂ ਦੇਖ ਲਓ ਦ ਸਿਟੀ ਹੈੱਡਲਾਈਨਸ। ਇਸ ਟਾਈਮ ਅਸੀਂ ਖੜ੍ਹੇ ਹਾਂ ਕਚਹਿਰੀ ਡੀਸੀ ਆਫਿਸ ਦੇ ਬਾਹਰ, ਜਿੱਥੇ ਡੀਸੀ ਆਫਿਸ ਦੇ ਬਾਹਰ ਜਿੱਥੇ ਇੱਕ ਸ਼ਖਸ ਦੇ ਵੱਲੋਂ ਜਿਹੜਾ ਜਰਨੈਲ ਸਿੰਘ ਉਹਨਾਂ ਦੇ ਵੱਲੋਂ ਧਰਨਾ ਲਾਇਆ ਗਿਆ ਸੀ 18 ਫਰਵਰੀ ਤੋਂ ਲੈ ਕੇ ਹੁਣ ਤੱਕ ਧਰਨਾ ਲਗਾਇਆ ਜਾ ਰਿਹਾ। ਧਰਨਾ ਤਾਂ ਜਾਰੀ ਹੈ ਪਰ ਹੁਣ ਜਿਹੜਾ ਉਹ ਇੰਨੀ ਗਰਮੀ ਪੈ ਰਹੀ ਹੈ, ਜਿੱਥੇ ਇੰਨੀ ਗਰਮੀ ਪੈਣ ਦੇ ਨਾਲ ਲੋਕਾਂ ਨੂੰ ਇੰਨੀ ਦਿੱਕਤ ਹੋ ਰਹੀ ਹੈ ਪਾਣੀ ਦੀ, ਉੱਥੇ ਪਾਣੀ ਦੀ ਸੇਵਾ ਇਹਨਾਂ ਨੇ ਸ਼ੁਰੂ ਕੀਤੀ ਸੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉੱਥੇ ਦੇਖਦੇ ਹਾਂ ਕੀ ਗੱਲ ਹੁੰਦੀ ਹੈ ਇਹਨਾਂ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਤੁਸੀਂ ਇੱਥੇ ਧਰਨਾ ਲਾਇਆ, ਕਾਫੀ ਟਾਈਮ ਹੋ ਗਿਆ, 18 ਫਰਵਰੀ ਤੋਂ ਤੁਸੀਂ ਸ਼ੁਰੂ ਕੀਤਾ, ਹੁਣ ਇੱਥੇ ਤੁਸੀਂ ਪਾਣੀ ਦੀ ਸੇਵਾ ਕਰਦੇ ਪਏ ਹੋ, ਕਿੱਦਾਂ ਸੋਚਿਆ ਜੀ? ਇਹ ਮੈਂ ਦੇਖਿਆ ਜੀ ਇੱਥੇ ਲੋਕ ਆਉਂਦੇ ਨੇ ਜੀ ਬਹੁਤ ਦੁਖੀ, ਇੱਥੇ ਕੋਈ ਪਾਣੀ ਨਹੀਂ ਹੁੰਦਾ ਜੀ, ਇੱਥੇ ਕੋਈ ਕੁਛ ਨਹੀਂ ਹੈਗਾ, ਬਹੁਤ ਲੋਕ ਆ ਕੇ ਪੁੱਛਦੇ ਨੇ ਵੀ ਪਾਣੀ ਹੈ ਇੱਥੇ ਪੀਣ ਨੂੰ, ਅਤੇ ਮੈਂ ਕਹਿੰਦਾ ਜੀ ਇਹਦੇ ਅੰਦਰ ਲੱਗਿਆ ਜੀ ਵਾਟਰ ਕੂਲਰ, ਉੱਥੇ ਲੋਕ ਡਰਦੇ ਜਾਂਦੇ ਨਹੀਂ ਹੈਗੇ ਜੀ, ਉਹ ਉੱਕਣੇ ਥੱਕਾ ਕਰਕੇ ਅੱਗੇ ਪਿੱਛੇ ਮੁੜ ਜਾਂਦੇ ਨੇ ਜਾਂ ਕਿਤੇ ਅੱਗੇ ਚਲੇ ਜਾਂਦੇ ਨੇ। ਫਿਰ ਮੈਂ ਚਲੋ ਸੋਚਿਆ, ਮੈਂ ਕਿਹਾ ਵੀ ਚਲੋ ਲੈ ਆਉਂਦਾ ਜੀ ਵਾਟਰ ਕੂਲਰ ਲਿਆ ਕੇ ਰੱਖੇ ਆ, ਫਿਰ ਚਲੋ ਬਹੁਤ ਆਉਣ ਲੱਗ ਗਏ ਲੋਕ, ਫਿਰ ਮੈਂ ਹੌਲੀ ਹੌਲੀ ਆ ਵਧਾ ਲਿਆ ਜੀ ਕੰਮ। ਹਾਂਜੀ, ਮਤਲਬ ਇਹ ਕਹੋਗੇ ਕਿ ਇੱਥੇ ਪਾਣੀ ਦੀ ਕੋਈ ਸੁਵਿਧਾ ਅੱਛੀ ਨਹੀਂ ਹੈਗੀ? ਪਾਣੀ ਟੁੱਟੀ ਹੈ ਹੀ ਨਹੀਂ ਇੱਥੇ, ਤੱਤਾ ਪਾਣੀ ਨਹੀਂ ਹੈਗਾ ਜੀ ਪੀਣ ਨੂੰ ਕਦੇ, ਕਿਤੇ ਨਹੀਂ ਆ। ਦੇਖ ਲਓ ਜੀ, ਕਿਤੇ ਦਿਖਾ ਦਿਓ, ਟੁੱਟੀ ਹੈਗੀ ਹੈ ਜੇ ਕਿਤੇ। ਹਾਂਜੀ, ਕੋਈ ਜਿਵੇਂ ਹੁਣ ਗਰੀਬ ਜਨਤਾ ਆਉਂਦੀ ਹੈ ਦੁਖੀ, ਕਈਆਂ ਕੋਲ ਤਾਂ ਕਿਰਾਇਆ ਵੀ ਨਹੀਂ ਹੁੰਦਾ, ਉਹ ਅਗਲਾ ਪਾਣੀ ਦੀ ਬੋਤਲ 20 ਰੁਪਈਆਂ ਦੀ ਕਿੱਥੋਂ ਖਰੀਦ ਲਊਗਾ ਜੀ? ਹਾਂਜੀ, ਅਤੇ ਡੀਸੀ ਆਫਿਸ ਦੇ ਬਾਹਰ ਆ, ਕਚਹਿਰੀ ਦੇ ਅੰਦਰ ਆ, ਅਤੇ ਇੰਨੀ ਗਰਮੀ ਪੈ ਰਹੀ ਹੈ, ਲੋਕਾਂ ਨੂੰ ਪਾਣੀ ਦੀ ਲਗਾਤਾਰ ਦੇਖਿਆ ਜਾ ਰਿਹਾ ਸਮੱਸਿਆ ਹੈ ਨਾ, ਅਤੇ ਇੰਨੇ ਲੋਕ ਆਉਣ ਦੇ ਬਾਅਦ ਇੱਥੇ ਪਾਣੀ ਦੀ ਕੋਈ ਨਹੀਂ ਹੈਗੀ, ਤੁਸੀਂ ਇੱਥੇ ਲਗਾਇਆ, ਲੋਕਾਂ ਦੀ ਸੇਵਾ ਕਰ ਰਹੇ ਹੋ, ਪਰ ਜਿੱਥੇ ਪਾਣੀ ਦੀ ਨਹੀਂ ਹੈਗੀ, ਉਸ ਚੀਜ਼ ਨੂੰ ਲੈ ਕੇ ਕੀ ਕਹਿਣਾ? ਮੈਂ ਤਾਂ ਇਹ ਕਹਿੰਦਾ ਜੀ ਇੱਥੇ ਕੋਈ ਚਾਹੀਦਾ ਜੀ, ਇੱਥੇ ਵਾਟਰ ਕੂਲਰ ਕੋਈ ਵੱਡਾ ਲਾਇਆ ਜਾਵੇ, 2-4 ਜਗ੍ਹਾ 'ਤੇ ਟੂਟੀਆਂ ਲਾਈਆਂ ਜਾਣ ਵਧੀਆ ਜੀ। ਹਾਂਜੀ, ਜਿੱਥੇ ਪਾਣੀ ਮਿਲ ਸਕੇ ਲੋਕਾਂ ਨੂੰ ਜੀ। ਇੱਥੇ ਦੇਖਿਆ ਕਾਫੀ ਟਾਈਮ ਤੋਂ, ਮਤਲਬ ਲਗਭਗ 3 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਧਰਨਾ ਲਾਇਆ ਹੋਇਆ ਵਾ, ਤੁਹਾਡੀ ਸਮੱਸਿਆ ਦਾ ਕੀ ਹੱਲ? ਨਹੀਂ, ਮੇਰੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ ਜੀ, ਕਰਦੇ ਨਹੀਂ ਹੈਗੇ ਆਪ ਸਰਕਾਰ ਬਾਈ ਜੀ ਕੋਈ ਵੀ, ਕਿਉਂਕਿ ਸਾਰੇ ਡਰੀ ਜਾਂਦੇ ਨੇ ਇੱਕ ਦੂਜੇ ਤੋਂ, ਵੀ ਕਾਹਨੂੰ ਅਗਲਾ ਹਰੇਕ ਸੋਚਦਾ ਵੀ ਅਸੀਂ ਕਾਹਨੂੰ ਕਿਸੇ ਅਫਸਰ ਦਾ ਮਾੜਾ ਕਰਨਾ ਜੀ, ਕਿਉਂਕਿ ਜੇ ਘਪਲਾ ਬਹੁਤ ਵੱਡਾ ਘਪਲਾ ਜੀ, ਜੇ ਇਨਕੁਆਇਰੀ ਹੋ ਗਈ ਇਹਦੇ ਵਿੱਚ ਬਹੁਤ ਅਫਸਰ ਫਸਣੇ ਆ ਜੀ, ਇਹ ਇਕੱਲਾ ਸਾਡੇ ਪਿੰਡ ਦਾ ਨਹੀਂ, ਸਾਰੇ ਪਿੰਡਾਂ ਦਾ ਇਹੀ ਹਾਲ ਆ ਜੀ। ਹੁਣ ਜਿਹੜੇ ਨਵੇਂ ਡੀਸੀ ਮੈਮ ਆਏ ਨੇ, ਉਹਨਾਂ ਦੇ ਵੱਲੋਂ ਕਿੱਦਾਂ ਦਾ ਲੱਗ ਰਿਹਾ, ਤੁਹਾਨੂੰ ਕੀ ਉਮੀਦ ਲੱਗ ਰਹੀ? ਇਹਨਾਂ ਨੂੰ ਵੀ ਕਿਹਾ ਸੀ ਨਵੇਂ ਮੈਡਮ ਨੂੰ, ਡੀਸੀ ਨੂੰ ਜੀ, ਇਹ ਕਹਿੰਦੇ ਵੀ ਚੱਲ ਪਹਿਲਾਂ ਧਰਨਾ ਚੱਕ ਦੇ, ਉਦੋਂ ਬਾਅਦ ਫਿਰ ਮੈਂ ਸਿੱਟ ਬਣਾ ਦਿੰਦੇ ਹਾਂ ਜੀ, ਵੀ ਫਿਰ ਇਨਕੁਆਇਰੀ ਕਰਾਊਂ। ਮੈਂ ਕਿਹਾ ਜੀ ਵੀ ਪਹਿਲਾਂ ਆਪ ਕਰਾ ਦਿਓ ਜੀ, ਵੀ ਮੈਂ ਧਰਨਾ ਨਹੀਂ ਪਰ ਚੱਕਣਾ ਹੈਗਾ ਜੀ। ਚਲੋ ਕਹਿੰਦੀ ਫਿਰ ਬੈਠਾ ਰਹੇ, ਮੈਂ ਕਿਹਾ ਜੀ ਚਲੋ ਮੈਂ ਬੈਠਾ ਜੀ, ਚਲੋ ਮੈਂ ਕਿਹਾ ਜੀ ਚਲੋ ਬੈਠਾ ਤਾਂ ਹੈਗਾ, ਨਾਲ ਸੇਵਾ ਕਰ ਲੈਂਦਾ ਜੀ। ਉਸ ਤੋਂ ਬਾਅਦ ਪਾਣੀ ਦੀ ਵੀ ਸਮੱਸਿਆ ਕਾਫੀ ਦੇਖੀ ਜਾ ਰਹੀ ਹੈ ਨਾ ਇਸ ਟਾਈਮ ਤੇ, ਪਾਣੀ ਤੁਸੀਂ ਇੱਥੇ ਪਾਣੀ ਪੀ ਰਹੇ ਹੋ, ਕਿੱਦਾਂ ਲੱਗ ਰਿਹਾ ਕਿ ਪਾਣੀ? ਬਹੁਤ ਅੱਛਾ ਲੱਗ ਰਿਹਾ ਜੀ ਉਰੇ, ਨਹੀਂ ਤਾਂ 20 ਰੁਪਏ ਦੀ ਬੋਤਲ ਖਰੀਦਣੀ ਪੈਂਦੀ ਹੈ ਜੀ, ਪਾਣੀ ਉਹੀ ਹੁੰਦਾ ਜੀ। ਪਰ ਇੱਥੇ ਐਡੀ ਦੂਰ ਗਰਮੀ ਚੱਲ ਕੇ ਆਉਂਦੇ ਹਾਂ, ਬਹੁਤ ਦੂਰੋਂ ਆਪਣੀ ਆਪਣੀ ਸਮੱਸਿਆ ਲੈ ਕੇ ਆਉਂਦੇ ਹਾਂ,
पानी तो जरूरी है जी। इतने पंजाब हर जगह पानी मिठा पानी पिलाते सब कुछ करते हैं जी। हर गुरुद्वारे चौराहे बस अड्डे हर जगह पानी मिलता जी। पर इतने आके जो देखा सरकारी दफ्तर इतने पानी की कोई से नहीं है जी। तो उरे तो बस बाई जी है इन्होंने को आके पीलिया, नहीं तो सवेर के दो तीन बोतल लै चुके हैं जी। हूँ गरीब बंदा 100-200 का पानी कितों पीऊगा जी। इस करके उरे पानी तो चाहिए जी। उरे जनता बहुत आँदी है, सारियां नूं पानी की जरूरत हैगी है जी उरे। हाँ जी सर, हुण की कहना चाहोगे लास्ट दे विच तुसीं कि है ना जिथे सरकारी दफ्तर च पानी की इस टाइम तो कचहरी के डीसी ऑफिस के बाहर काफ़ी दिक्कत हो रही है, लैके कहना चाहोगे इस चीज़ को लैके? मैं तो यही कहना चाहुंदा भी वध तो वध जी पानी का प्रबंध किया जाए, वध तो वध दरख्तों का प्रबंध किया जाए जिथे लोग आगे खड़न। मैं तो यार दरख्तों का भी लिख के दिता सी मैडम नूं, इन्हां नूं कंप्लेंट करी भी इन्हां दे कीड़े पाए हुए ने जी दरख्तों के, भाई इत्थे लोग छावे भी आके खड़ते आ तो उन्हां दे उत्ते गिर जांदे आ, जिहदे नाल उन्हां नूं एलर्जी भी हो सकती आ। तो वो खाज तो मैं आम ही करते देखे ने जी, आ देखो आम ही पए ने जी कीड़े, इन्हां दी भी कोई कार्रवाई नहीं हुई। मैं तो कहा जी मेरा नहीं करना, तुसीं कम ना करो, घट्टो घट्ट इन्हों की उसार लै रहा दरख्तों की, जिदे थले आ गए बहुत लोग दुखी लोग खड़ते हैं जी आके। हाँ जी उन्हों की भी यह कोई कार्रवाई नहीं कराई हैगी, वो भी एप्लीकेशन पईयां ने जी मेरे को रिसीव कराई हुई इन्हों तो। हाँ जी तो असी गलबात करते पे सी जरनैल सिंह जी के नाल, जिन्होंने डीसी ऑफिस के बाहर काफ़ी टाइम तो धरना लगाया होया है, पर जिथे कि पानी की दिक्कत हर जगह देखी जा रही है, हर सरकारी दफ्तर पानी की दिक्कत जो है हमेशा देखी जा रही है, काफ़ी दिक्कत आ रही है लोगों को, तो जोड़े इन्नी दूरों आते हैं इतने पानी दे अपने काम करवाने के लिए, तो उस जे प्यास लगती है, गर्मी काफ़ी हैगी, गर्मी जोड़े है इस टाइम तो पारा काफ़ी चढ़िया होया, गर्मी के करके लोगों को पानी नहीं मिल पा रहे एक इतने पीन के लिए, तो जो उत्थे ही इन्होंने जो है हम पानी की सेवा शुरू की, उन्होंने असं गलबात करते पे सी। तो इदा ही अपने मन के भी सेवा भाव रखते रहो, तो लोगों की हैल्प करते रहो, लोगों की मदद करते रहो, इदा ही देखते रहो। द सिटी हेडलाइंस, कैमरामैन मनीष के नाल मैं निधि वर्मा।